ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਇਹ ਨਹੀਂ ਪੱਕਾ ਕਰਾਉਂਦੇ ਅਸੀਂ, ਇਹ ਕੱਚਾ ਹੀ ਰਹੂਗਾ। ਹੈ ਕਿ ਆਟਾ ਬਾਟਾ ਪਾਇਆ ਹੀ ਕਰਨਾ ਹੁੰਦਾ। ਲਓ ਬੇਟਾ ਮਾਂ ਵੀ ਨੇ ਸ਼ੇਕ ਬਣਾਇਆ, ਉਹਦੇ ਵਿੱਚ ਛੋਲੇ ਵਿੱਚ ਪਾਤੇ ਨੇ। ਲਾ ਸਟਿਆ की करना मिस्त्री की वो फोड़ो ना नाले में सर करा। गुड मॉर्निंग दी कह दे माड़ी। गुड मॉर्निंग हैं, गुड मॉर्निंग। हां जी केवे यार मित्रो ला भी हुन के अखन के चपला कसा के तुरदा आ तेर निकके नदी पई पिंडा ने तकरीबन हुंदी आ ते ए नहीं हट सकदी। ठीक है मैंने कमेंट कमुंट मैसेज मुसी आते बी चुक ना यार मजा नहीं आता तुरंत चवल पाई हम कैंची। चलो कैंची तो पाइया नहीं वैसे ला भी करो पेंडला माहौल चेक कर लू गल मौसम वाली ऐसी मठी मठी ठंड जी होंगी आ दोपहर में इतने बह के खावे कोई पर अं बह जाने अं गिजे हो पिंड वाले नन्नू नहीं आए होने तो नन्नू होना की बस हो जाती इतने बहना पै जाए दोपहरे कद पर आप सवाद आता इत इत बैठी रही तो दोपहरे आहो लो भी जड़ी पैली दे गड्डियां वाड़ियां ही तो उच भी झोना कड़ा कड़ा आ गया जी। तुहानू पता मैनू कच्चा पिया बहुत पसंद ही ओ पिया ही पक्का कराया ना चल वो गड्डिया डिग पैंदियां ही जदों मींह कणी पैंदा चलो तंग हो जांदा ही पर मैनू ना कच्चा पिया बहुत ज़्यादा पसंद आ पता नहीं क्यों रब वल्लों ही तो मेरे घर दे लग्या कच्चा पिया के मोटर नूं जांदा मैं बहुत वधिया लगता यार ये नहीं पक्का कराउंदे ये कच्चा ही रहूगा एक तो सैर सुर करन नूं वधिया। हाँ ओ बिल्लू किवें पता किवें आ। हाँ पैंथरू तेरी बैठ बैठ चल अंदर सी आ चल चल इधर तो नहीं मजा आता तेनों। हाँ बिल्लू बाहर जाना वा पंचा उठ पऊ ओए घंटा क बाद तेरा तेन टाइम वेला कि हो गया दादा नी हो सरपंच सरपंचा ओए ओए उठ फिर है चली जिम ला गई टाइम सर कि नहीं जाना जाना चला जा फिर चलिए आवाण हाँ पैंथर तेरे बहुत बात नहीं मैं कटदा गर्मी पता कि बीमार हो जाएंगे। हाँ ले, ले। आया सरपंचा पर चलिए बहू टाइम बड़ा हो गया दोपहरे कटे खाने दही चौल बाकी मैं खाने पीने का समान ले आना कल मां मैंने 500 रुपया फड़े की ले आया पता नहीं अंडे अंडे लेके आया कल अज लेके आऊंगा मैं आप लेके आऊंगा
ਚਾਹ ਉਹਨੇ ਮੇਰਾ ਪੀਣੀ ਜੀ ਕਰੀ ਉਹਦਾ ਪਰ ਮੈਂ ਪੀਣੀ ਨਹੀਂ ਬੰਦ ਕੀਤੀ ਮੂੰਹ ਲਿਸਾ ਗਿਆ ਇਹਦੇ ਥੋੜਾ ਮੂੰਹ ਲਿਸਾ ਗਿਆ ਦੇਸੀ ਕਿਉਂ ਖਵਾ ਦੇ ਕਰ ਦੇਸੀ ਕਿਉਂ ਖਾਇਆ ਕਰ ਡੋਲਾ ਡੋਲਾ ਵੀ ਡੋਲਾ ਤਾਂ ਨਹੀਂ ਘਟਿਆ ਹੈਂ ਡੋਲੇ ਠੀਕ ਆ ਮੂੰਹ ਲਿਸਾ ਆ ਗਿਆ ਹੈਂ ਠੀਕ ਆ ਥੋੜ੍ਹਾ ਜਿਹਾ ਫਰਕ ਪਿਆ ਨਾ ਮੈਂ ਡਾਇਟ ਵੀਟ ਬੰਦ ਕੀਤੀ ਜਿਮ ਜੁੰਮ ਵੀ ਬੰਦ ਕਰਤਾ ਜੀ ਨਹੀਂ ਕਰਦਾ ਮੰਮੀ ਗਰਮੀ ਦਾ ਕਰਕੇ ਉੱਦਾਂ ਹੀ ਮੇਰਾ ਦਿਲ ਟੁੱਟ ਗਿਆ ਹੈਂ ਬਸ ਟੁੱਟ ਗਿਆ ਮਾਤਾ ਮੈਂ ਗਰਮੀ ਬੜੀ ਜੀ ਨਹੀਂ ਕਰਦਾ ਆਹ ਮਾੜਾ ਪਾਣੀ ਕੱਢ ਦੇ ਵਿੱਚ ਤੂੰ ਸ਼ੇਕ 'ਚ ਪੜਾ ਤਾਂ ਮੈਂ ਸ਼ੇਕ ਨਹੀਂ ਪੀਣਾ ਮੈਨੂੰ ਦੇ ਦੇ ਤੇ ਆਹ ਢਿੱਡ ਪੈਂਦਾ ਜਾਂਦਾ ਇਹਨੂੰ ਘੱਟ ਕਰ ਲਾ ਹੁਣ ਮੈਨੂੰ ਪਾ ਦੇ ਨਾ ਅੱਧੇ ਪਾ ਦੇ ਅੱਧੇ ਰੱਖ ਲਾ ਹੈਂ ਤੂੰ ਸ਼ੇਕ ਪੀ ਲਾ ਤੇ ਸ਼ੇਕ ਪੀ ਕੇ ਬਦਲ ਜੀ ਤਾਂ ਹੈਂ ਚੰਡੀਗੜ੍ਹ ਵੀ ਇਹੋ ਹਾਲ ਆ ਬਸ ਇਹ ਕਿ ਏਸੀ ਉਸੀ ਚੱਲਦੇ ਫਲੈਟ 'ਚੋਂ ਬਾਹਰ ਨਹੀਂ ਨਿਕਲੀਦਾ ਤੰਗ ਪਿੰਡ ਗਰਮੀ ਜ਼ਿਆਦੀ ਆ ਉੱਥੇ ਰਹੀਦਾ ਸਾਰਾ ਦਿਨ ਅੰਦਰ ਮਾਤਾ ਬਸ ਜਿਮ ਲਾਉਣ ਲਈ ਮੈਂ ਬਾਹਰ ਨਿਕਲਦਾ ਸਾਰਾ ਦਿਨ ਅੰਦਰ ਬਸ ਪਰ ਉੱਥੇ ਜੀ ਨਹੀਂ ਲੱਗਦਾ ਇੱਥੇ ਫਿਰ ਤਿਰਨਾ ਜੀ ਲੱਗਾ ਰਹਿੰਦਾ ਨਾ ਉੱਥੇ ਰੋਟੀ ਪਾਣੀ ਖਾਣ ਨੂੰ ਚੱਜ ਨਾਲ ਮਿਲਦਾ ਉਹੋ ਹੀ ਨਾ ਤਾਂ ਕਰਕੇ ਮਸਾਲੇ ਵਾਲੀਆਂ ਇਹ ਕਿ ਮੈਂ ਤੈਨੂੰ ਹੁਣ ਜਿਮ ਸ਼ੁਰੂ ਕਰਦਾ ਹੁਣ ਹੁਣ ਮੈਂ ਸਾਰਾ ਕੁਝ ਬੰਦ ਕਰ ਦੇਣਾ ਜੋ ਗੰਦ ਮੰਦ ਖਾਣਾ ਸਰਪੰਚਾਂ ਦਾ ਕਿ ਆਪੋ ਆਪਣਾ ਖਾਓ ਗਿਣ ਕੇ ਹੈ ਓਏ ਹੈਂ ਬਸ ਠੀਕ ਹੈ ਮੇਰੇ 30 ਬਦਾਮ ਪੂਰੇ ਕਰ ਦੇ ਦੋ ਮੈਂ ਖਾ ਗਏ ਦੋ ਆ ਹੋਰ ਲੈ ਲਈ ਠੀਕ ਆ ਇਹਦੇ 20 ਮੰਦਾ ਇਹਦੇ 20 ਆ ਮੇਰੇ 30 ਲਾ ਵੀ ਮਿੱਤਰੋ ਮੋਰਨਿੰਗ ਦਾ ਆਪਣਾ ਇਹ ਦੂਜਾ ਮੀਲ ਆ ਪਹਿਲਾ ਮੀਲ ਤੁਹਾਨੂੰ ਪਤਾ ਹੀ ਆ ਫਿਰ ਮਿੱਤਰੋ ਦੱਸਣ ਦੀ ਲੋੜ ਨਹੀਂ ਆ ਉੱਦਾਂ ਖਾਲੀ ਪੇਟ ਪਾਣੀ ਵੀ ਪੀਦਾ ਅੱਧਾ ਪੌਣਾ ਲੀਟਰ ਦੀ ਕਪੈਸਿਟੀ ਹੈਗੀ ਆ ਤੁਹਾਡੇ ਭਰਾ ਦੀ ਬਾਕੀ ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਕਿ ਮੈਂ ਕੋਈ ਬਾਹਲਾ ਪ੍ਰੋਫੈਸ਼ਨਲ ਨਹੀਂ ਹੈਗਾ ਜੋ ਕੁਝ ਮੈਂ ਅਤੇ ਮਾਂ ਵੀਰ ਸਾਰਾ ਦਿਨ ਖਾਂਦੇ ਰਹਿੰਦੇ ਹਾਂ ਉਹ ਤੁਹਾਡੇ ਨਾਲ ਸ਼ੇਅਰ ਕਰ ਲਵਾਂਗੇ ਤੁਸੀਂ ਉਹ ਚੀਜ਼ਾਂ ਟਰਾਈ ਕਰਕੇ ਵੇਖ ਲਿਓ ਜੇ ਫਰਕ ਪਊਗਾ ਤਾਂ ਨੱਪ ਦਿਓ ਕਿੱਲੀ ਫਿਰ ਮਿੱਤਰੋ ਠੀਕ ਆ ਆ ਜਾਓ ਜੇ ਕਿਨੇ ਹੂੜਾ ਲੈਣਾ ਹੁੰਦਾ ਆਹ ਨਜ਼ਾਰੇ ਨਹੀਂ ਲੱਭਣੇ ਤੁਹਾਨੂੰ ਪਿੰਡਾਂ ਵਾਲੇ ਹੈ ਛੱਲੀ ਵੀ ਪੈਣੀ ਸ਼ੁਰੂ ਹੋ ਗਈ ਪਿੰਨੀ ਇੱਕ ਗੱਲ ਹੋਰ ਦੱਸਦਾ ਕਿ ਆਹ ਖਰੋਟਾਂ ਨੂੰ ਨਾ ਰਾਤ ਨੂੰ ਭੇਜ ਕੇ ਫਿਰ ਖਾਇਓ ਸੁੱਕੇ ਨਾ ਖਾਇਓ ਗਰਮੀ ਬਹੁਤ ਜ਼ਿਆਦਾ ਆ ਵੈਸੇ ਤਾਂ ਖਾਏ ਹੋਏ ਨਾ ਜਿਹੜੇ ਵੀ ਨਵੇਂ ਆ ਨਾ ਜਿਨ੍ਹਾਂ ਨੇ ਨਵਾਂ ਨਵਾਂ ਜਿੰਮ ਸ਼ੁਰੂ ਕੀਤਾ ਉਹ ਛੋਲੇ ਭੇਜ ਲਿਓ ਮੁੱਠਕ ਅਤੇ ਬਦਾਮ ਭੇਜ ਲਿਓ ਉਹ ਵੀ ਉਨੇ ਕੁ ਜਿੰਨੇ ਕੁ ਪਚਦੇ ਆ ਆਪਾਂ ਕਈ ਵਾਰ ਕੀ ਕਰਦੇ ਹਾਂ ਕਿ ਆਪਾਂ ਆਉਂਦੇ ਹਾਂ ਯਾਰ ਛੇਤੀ ਤਗੜੇ ਹੋ ਜਾਵਾਂਗੇ ਛੇਤੀ ਤਗੜੇ ਨਹੀਂ ਹੋਇਆ ਜਾਣਾ ਇਹ ਖੁਰਾਕ ਆ ਸਰੀਰ ਨੂੰ ਹੌਲੀ ਹੌਲੀ ਲੱਗਣੀ ਆ ਇੱਕਦਮ ਨਹੀਂ ਕੁਛ ਵੀ ਹੁੰਦਾ ਹੁੰਦਾ ਅੱਜ ਖਾਣੀ ਸ਼ੁਰੂ ਕਰੋਗੇ ਤਾਂ ਰਿਜ਼ਲਟ ਤੁਹਾਨੂੰ ਮਹੀਨੇ ਬਾਅਦ ਦੇਖਣਾ ਸ਼ੁਰੂ ਹੋਣਾ ਜਾ ਕੇ ਕਿਉਂਕਿ ਨੈਚੁਰਲ ਆ ਦੇਸੀ ਜਿਹੜਾ ਖੁਰਾਕ ਇੱਦਾਂ ਚੱਲਦੀ ਆ ਜਾਂ ਸਪਲੀਮੈਂਟ ਜੇ ਆਪਾਂ ਲਵਾਂਗੇ ਵੀ ਤਾਂ ਸਪਲੀਮੈਂਟ ਮਹਿੰਗੇ ਬਹੁਤ ਆਉਂਦੇ ਆ ਉਹਨੂੰ ਚੰਗਾ ਕਿ ਇੱਦਾਂ ਕੰਮ ਚੱਲਣ ਉਹ ਦੇਸੀ ਖੁਰਾਕ ਨਾਲ ਹੀ ਸਪਲੀਮੈਂਟ ਜਿਹੜਾ ਵੀ ਲੈ ਸਕਦਾ ਉਹ ਲੈ ਲੈ ਨਹੀਂ ਲੈ ਸਕਦਾ ਤਾਂ ਕੋਈ ਨਹੀਂ ਆਂਡਿਆਂ 'ਚੋਂ ਹੀ ਚਿਕਨ 'ਚੋਂ ਪਨੀਰ 'ਚੋਂ ਹੀ ਪ੍ਰੋਟੀਨ ਕੱਢੀ ਤੁਰਿਆ ਉਹ ਜੇ ਮਨ ਆਪਣਾ ਬਣਾਇਆ ਨਾ ਸਰੀਰ ਬਣਾਉਣਾ ਫਿਰ ਇਹ ਕੰਮ ਨੂੰ ਲੱਗੇ ਹੋ ਇਹ ਨਹੀਂ ਕਿ ਦੋ ਚਾਰ ਦਿਨ ਖਾਲੀ ਡਾਇਟ ਦੇ ਬਾਅਦ ਠੀਕ ਆ ਯਾਰ ਕੋਈ ਬਣਿਆ ਨਹੀਂ ਆ ਦਫਾ ਕਰ ਪਹਿਲਾਂ ਪਹਿਲਾਂ ਆਪਣੇ ਮਾਇੰਡ ਨੂੰ ਪੂਰਾ ਸੈੱਟ ਕਰੋ ਦਿਮਾਗ ਨੂੰ ਇਹ ਟਿਕਾਣੇ ਲਿਆਓ ਕਿ ਬਈ ਨਹੀਂ ਸਰੀਰ ਤਾਂ ਹੁਣ ਬਣ ਕੇ ਰਹੂਗਾ ਫਿਰ ਠੀਕ ਆ ਵਿਹਲਾ ਫਿਰ ਪੈਂਤਰ ਵਿਹਲਾ ਤੰਗ ਕਰਦਾ ਹੈ ਤੂੰ ਹੈ ਆੜ ਇੱਧਰ ਆਈ ਸਵਾਦ ਨਹੀਂ ਲੱਗਦਾ ਲਓ ਬੇਟਾ ਮਾਂ ਵੀਰ ਨੇ ਸ਼ੇਕ ਬਣਾਇਆ ਉਹਦੇ ਵਿੱਚ ਛੋਲੇ ਵਿੱਚ ਪਾਤੇ ਨੇ ਬਦਾਮ ਅਖਰੋਟ ਅਤੇ ਸਪਲੀਮੈਂਟ ਦੇ ਵਿੱਚ ਜਿੰਦਰ ਪਾਇਆ ਨਾ ਕਿੰਨੇ ਕਿਲੋ ਹੋ ਗਿਆ ਭਾਰ ਹੁਣ ਜਦੋਂ ਸ਼ੁਰੂ ਕੀਤਾ ਕਿੰਨਾ 58 ਸੀ ਕਿੰਨਾ 57 ਤੋਲਿਆ ਸੀ ਆਪਾਂ ਹੈ ਨਾ ਹੈਂ
ਹੈ 54 54 55 ਉਹ ਵਲੌਗ ਚ ਪਾਈ ਸੀ ਆਪਾਂ ਵੀਡੀਓ ਸ਼ਾਇਦ ਇੱਕ ਚ ਮਤਲਬ ਹੀ 14-15 ਕਿਲੋ ਵੱਧ ਗਿਆ ਨਾ ਤੇਰੇ ਵਾਲੀ ਸਾਰੀ ਡਾਈਟ ਆਪਾਂ ਵਲੌਗ ਚ ਪਾ ਦੇਣੀ ਆ ਜੇ ਕਿਸੇ ਵੀਰ ਭਰਾ ਦੇ ਕੰਮ ਦੀ ਹੋਊਗੀ ਤੇ ਖਾ ਲਿਓ ਭਰਾ ਕਿ ਨਹੀਂ ਕਈ ਵੀਰ ਪੁੱਛਦੇ ਹੁੰਦੇ ਬਈ ਆ ਮੂੰਹ ਇੰਨਾ ਲਾਲ ਕਿਉਂ ਰਹਿੰਦਾ ਇਹਦਾ ਕੀ ਰਾਜ ਆ ਬਈ ਸਹੀ ਗੱਲ ਦੱਸਾਂ ਨਾ ਪਿੰਨੀ ਪੁੰਨੀ ਵਾਲਾ ਤੇ ਵਹਿਮ ਹੀ ਆ ਠੀਕ ਆ ਮੇਰਾ ਭਰਾ ਖੁਰਾਕ ਵਧੀਆ ਖਾਇਆ ਕਰੋ ਖੁਰਾਕ ਦੇ ਸਿਰ ਤੇ ਹੁੰਦਾ ਸਾਰਾ ਕੁਝ ਜੇ ਖੁਰਾਕ ਚੰਗੀ ਜਾਊਗੀ ਅੰਦਰ ਗੱਡੀ ਦੇ ਅੰਦਰ ਤੇਲ ਚੰਗਾ ਪਾਵਾਂਗੇ ਤੇ ਗੱਡੀ ਆਪੇ ਭੱਜਣੀ ਹੈਂ ਖੁਰਾਕ ਚੰਗੀ ਖਾਵਾਂਗੇ ਤੇ ਸਰੀਰ ਆਪੇ ਉੱਠਣਾ ਹਾਂ ਜ਼ਿਆਦਾ ਪੀ ਲਿਆ ਸ਼ੇਕ ਜ਼ਿਆਦਾ ਪੀ ਲਿਆ ਕੌੜਾ ਤਾਂ ਲੱਗਣਾ ਹੀ ਆ ਜਿਹੜੀ ਚੀਜ਼ ਨਾਲ ਸਿਹਤ ਬਣਨੀ ਹੋਵੇ ਨਾ ਉਹ ਚੀਜ਼ਾਂ ਸਵਾਦ ਨਹੀਂ ਲੱਗਦੀਆਂ ਹੁੰਦੀਆਂ ਇਹ ਚੀਜ਼ ਕਿਤੇ ਨੋਟ ਕਰਕੇ ਵੇਖ ਲਿਓ ਜਾ ਉੱਠਤਾ ਨਾ ਮੇਰਾ ਪੁੱਛ ਲਈਏ ਆਪਾਂ ਮੱਥਾ ਟੇਕ ਕੇ ਆਈਏ ਫਿਰ ਆ ਕੇ ਜਿੰਮ ਚੱਲਦੇ ਮੈਂ ਤੈਨੂੰ ਪੱਜ ਜਾਣਾ ਸਮਾਨ ਉੱਠਤਾ ਜਾ ਕੀ ਨਹੀਂ ਡਿੱਗਦੀ ਜਾ ਉੱਠ ਫਿਰ ਬਾਏ ਮੈਂ ਵੀ ਨਾਉਂਗਾ ਜਾ ਉੱਠਦਾ ਨਾ ਫਿਰ ਚੱਲੀਏ ਫਿਰ ਆ ਕੇ ਜਿੰਮ ਚੱਲਦੇ ਹਾਂ ਜਾ ਨਹੀਂ ਆ ਜਾ ਥੱਲੇ ਮਰ ਜਾਣੀ ਹੈ ਕਿਤੇ ਝੜੀ ਫਿਰਦੀ ਆ ਆਇਆ ਸੱਟ ਲਵਾ ਲੇਂਗੀ ਇਹ ਵੀ ਪਾਲ ਕੇ ਰੱਖੀਆਂ ਆਪਾਂ ਯਾਰ ਇਹ ਵੀ ਕਿਤੇ ਮਾੜਾ ਮੋਟਾ ਕਿਤੇ ਵੀ ਡਾਈਟ ਖਾ ਲੈਂਦੀਆਂ ਹੋਣਗੀਆਂ ਕਿਤੇ ਠੂੰਗਾ ਠਾਂਗਾ ਮਾਰ ਜਾਂਦੀਆਂ ਹੋਣਗੀਆਂ ਪਰ ਸਤਾਨੀਆਂ ਬਹੁਤ ਕਰਦੀਆਂ ਵੇ ਕੁੜੀ ਆ ਵੀ ਕਿੱਥੇ ਚੜੀ ਫਿਰਦੀ ਉਹ ਉੱਠਦਾ ਨਹੀਂ ਜਾ ਫਿਰ ਫੋਨ ਬਾਥਰੂਮ ਵੀ ਕਰਨਾ ਮਾਮਾ ਉਹ ਤਾਂ ਗਾਂਧੀ ਦੇ ਛਤਰ ਫਿਰ ਕਹੇਗਾ ਫਾਇਦਾ ਕੋਈ ਫੋਨ ਰੱਖ ਜਾ ਉੱਥੇ ਕਿ ਜਿਹੜਾ ਮੂਡ ਬੰਗਣਾ ਹੁੰਦਾ ਬੰਦੇ ਦਾ ਫੋਨ ਨਾਲ ਖੜਿਆ ਹੋਵੇ ਹੈ ਓਏ ਹੋਇਆ ਸਰਪੰਚ ਕਦੀ ਤਾਂ ਹੋਇਆ ਕਦੀ ਤਾਂ ਕਿ ਫੋਨ ਨਾਲ ਖੜਿਆ ਹੋਇਆ ਉੱਥੇ ਫੋਨ ਵੇਖ ਹੈ ਬਾਹਰ ਗਰਮੀ ਵੇਲੇ ਡਿੱਗਣ ਵਾਲਾ ਕੰਮ ਹੁੰਦਾ ਹੀ ਤੇਰੇ ਵਰਗਾ ਨਾਲ ਨਾਲ ਪਾਣੀ ਪਾਈ ਜਾਂਦਾ ਉੱਤੇ ਦੱਸਦਾ ਨੀ ਜਾ ਭਾਜਾ ਮੇਰਾ ਬੋ ਰਹਿੰਦੇ ਫੋਨ ਤੈਨੂੰ ਪਤਾ ਮਾਂ ਵੀਰ ਵੇਖ ਲਾ ਮਾਮਾ ਤੇਰੀ ਮੈਂ ਕੋਈ ਸਿਫਤ ਕਰਨ ਲੱਗਾ ਵਾਂ ਕਰ ਲੈਂਦੇ ਮੈਨੂੰ ਜਿਹੜਾ ਕੰਮ ਤੁਸੀਂ ਕਰਦੇ ਹੈ ਨਾ ਭੌਂਕਣ ਵਾਲਾ ਇਹ ਕੰਮ ਅੱਜ ਕੱਲ੍ਹ ਬੰਦੇ ਵੀ ਕਰਨ ਡੇ ਆ ਹੈਂ ਨੈੱਟ 'ਤੇ ਤੁਹਾਡਾ ਕੰਮ ਉਹਨਾਂ ਨੇ ਫੜਿਆ ਆਇਆ ਵਾ ਤਾਰੀ ਥੱਲੇ ਸਰਪੰਚਾ ਇਹਨੂੰ ਤਾਂ ਨਹੀਂ ਭੌਂਕਦਾ ਨਾ ਤਾਂ ਹੀ ਸਾਡਾ ਪੈਂਥਰ ਜਿਹੜਾ ਵਾ ਭੌਂਕਣੋਂ ਹਟ ਗਿਆ ਵਾ ਇਹ ਕੰਮ ਫੇਸਬੁੱਕ 'ਤੇ ਇੰਸਟਾਗ੍ਰਾਮ 'ਤੇ ਕੁਝ ਆਪਣੇ ਜਿਹੜੇ ਬੰਦੇ ਆ ਨਾ ਉਹਨਾਂ ਨੇ ਫੜਿਆ ਹੋਇਆ ਕਤੀੜਾਂ ਦਾ ਕੰਮ ਹੈਂ ਅਤੇ ਪੈਂਥਰ ਤਾਂ ਮੈਂ ਬੜੇ ਦਿਨਾਂ ਸੋਚਣਾ ਕਿ ਪੈਂਥਰ ਚੁੱਪ ਕਿਉਂ ਆ ਪਰ ਪੈਂਥਰ ਦੀ ਜ਼ਿੰਮੇਵਾਰੀ ਤਾਂ ਹੋਰ ਲੋਕਾਂ ਨੇ ਲਈ ਹੋਈ ਆ ਹੈਂ ਲਓ ਬਈ ਆਪਣਾ ਤੀਜਾ ਮੀਲ ਪਹਿਲਾ ਮੀਲ ਆਪਾਂ ਦੱਸ ਨਹੀਂ ਸਕਦੇ ਦੂਜਾ ਮੀਲ ਆਪਾਂ ਖਾ ਲਿਆ ਅਤੇ ਆਹ ਤੀਜਾ ਪਲੈਨ ਥੋੜ੍ਹਾ ਜਿਹਾ ਚੇਂਜ ਹੋ ਗਿਆ ਸੀ ਪਹਿਲਾਂ ਮਹਾਂਵੀਰ ਕਹਿੰਦਾ ਸੀ ਕਿ ਆਪਾਂ ਨਹਾ ਕੇ ਮੱਥਾ ਟੇਕ ਕੇ ਫਿਰ ਘਰ ਆ ਕੇ ਡਾਈਟ ਖਾਵਾਂਗੇ ਪਰ ਮੈਂ ਇਹਨੂੰ ਆਖਿਆ ਮੈਂ ਕਿਹਾ ਆਪਾਂ ਡਾਈਟ ਖਾ ਕੇ ਫਿਰ ਹੀ ਚੱਲਦੇ ਹਾਂ ਅਤੇ ਫਿਰ ਜਿੰਮ ਲਾ ਕੇ ਘਰ ਆਵਾਂਗੇ ਸਰਪੰਚ ਤੇਰੀ ਨਹੀਂ ਗੱਲ ਸੁਣਦਾ ਹੁਣ ਗੱਲ ਹੋਰ ਕੋਈ ਨਹੀਂ ਆਏ ਪਾਸੇ ਨੂੰ ਔਟਸ ਦੇਖਦੇ ਆ ਨਾ ਉਹ ਬਿੱਲੀਆਂ ਲੱਗ ਗਏ ਜਾ ਪੈਂਥਰ ਫਿਰ ਓਏ ਜਾ ਭਾਜਾ ਉਹ ਆਜਾ ਮਾਂਡਿਆ ਮਾਮਾ ਤੈਨੂੰ ਉਹਨੇ ਰੋਟੀ ਨਹੀਂ ਪਾਉਣੀ ਬਾਅਦ ਚੋਂ ਇੱਧਰ ਸਰਪੰਚਾਂ ਨੂੰ ਓ ਅੱਛਾ ਜੇ ਬਿੱਲੀ ਨੂੰ ਪਿਆਰ ਕਰਦਾ ਤਾਂ ਚਿੜਦਾ ਨਾ ਪਰ ਉਹਨੂੰ ਔਟਸ ਦਿਖਦੇ ਆ ਉਹ ਕੰਨ ਇਹ ਪਾਸੇ ਹੀ ਆ ਉਹਨੇ ਨਹੀਂ ਆਉਣਾ ਚੱਲੀਏ ਕਰ ਲਏ ਦਰਸ਼ਨ ਮਹਾਰਾਜ ਦੇ ਸਾਰਾ ਦਿਨ ਵਧੀਆ ਲੰਘਣਾ ਗੁਰੂ ਮਹਾਰਾਜ ਦੇ ਹਾਜ਼ਰੀ ਲੱਗ ਗਈ ਅੱਜ ਨਾ ਸਰਪੰਚ ਨੇ ਮੈਨੂੰ ਇੱਕ ਗੱਲ ਪੁੱਛੀ ਮੱਥਾ ਟੇਕ ਕੇ ਬਾਹਰ ਆਉਣ ਡਿਆ ਬੂਟ ਪਾਉਣ ਡਿਆ ਮੈਨੂੰ ਕਹਿੰਦਾ ਭਾਅ ਜੀ ਤੁਸੀਂ ਗੁਰਦੁਆਰੇ ਜਾਂ ਕਿਤੇ ਵੀ ਮੱਥਾ ਟੇਕਣ ਜਾਂਦੇ ਤੁਸੀਂ ਅੱਖਾਂ ਕਦੋਂ ਭਰ ਲੈਂਦੇ ਜੀ ਅਤੇ ਮੈਂ ਇਹਨੂੰ ਦੱਸਿਆ ਮੈਂ ਕਿਹਾ ਯਾਰ ਜਦੋਂ ਆਪਾਂ ਗੁਰੂ ਮਹਾਰਾਜ ਦੇ ਘਰ ਆਉਂਦੇ ਹਾਂ ਨਾ ਅਤੇ ਆਪਾਂ
ਉਹਨੇ ਆਪਾਂ ਨੂੰ ਇੰਨਾ ਸੋਹਣਾ ਸਰੀਰ ਦਿੱਤਾ ਵਾ, ਹੱਥ ਪੈਰ ਸਹੀ ਸਲਾਮਤ ਦਿੱਤੇ ਆ, ਤੰਦਰੁਸਤ ਹਾਂ ਆਪਾਂ, ਅਤੇ ਇਹ ਤੋਂ ਵਧੀਆ ਗੱਲ ਆਪਣੇ ਲਈ ਕੀ ਹੋ ਸਕਦੀ ਆ। ਸੋਚ ਕੇ ਵੇਖਿਓ ਤੁਸੀਂ ਵੀ ਕਿਤੇ ਕਿ ਇਹ ਚੀਜ਼ਾਂ, ਹੱਥ ਪੈਰ ਸਹੀ ਸਲਾਮਤ ਆ, ਸਰੀਰ ਤੰਦਰੁਸਤ ਆ, ਇਹ ਤੋਂ ਵੱਡਾ ਖਜ਼ਾਨਾ ਬੰਦੇ ਦੇ ਕੋਲ ਕੀ ਹੋ ਸਕਦਾ। ਕਈ ਵਾਰ ਕਿ ਜਦੋਂ ਛੋਟੇ ਹੁੰਦੇ ਅਸੀਂ ਆਖੀਦਾ ਸੀ ਰੱਬਾ ਪੈਸੇ ਦੇ ਦੀ, ਗੱਡੀ ਮਿਲ ਜੇ, ਪਰ ਹੁਣ ਉਹ ਚੀਜ਼ਾਂ ਨਹੀਂ ਹੈਗੀਆਂ, ਹੁਣ ਤਾਂ ਸਿਰਫ ਸ਼ੁਕਰ ਕਰਨਾ ਹੀ ਆਈਦਾ ਉਹ ਮਾਲਕ ਦਾ। ਅਤੇ ਅੱਖਾਂ ਆਟੋਮੈਟਿਕਲੀ ਭਰ ਜਾਂਦੀਆਂ ਕਿ ਹੁਣ ਕਈ ਵਾਰ ਆਪਾਂ ਰਾਹ 'ਚ ਵਹਿੰਦੇ ਲੋਕਾਂ ਨੂੰ, ਕਈ ਵਿਚਾਰੇ ਮੰਗਣ ਡੇ ਹੁੰਦੇ ਆ, ਉਹਨਾਂ ਦੇ ਕਈਆਂ ਦੇ ਹੱਥ ਨਹੀਂ ਹੁੰਦੇ, ਬਾਹਾਂ ਨਹੀਂ ਹੁੰਦੀਆਂ, ਅਤੇ ਉਹ ਚੀਜ਼ ਵੇਖ ਕੇ ਆਪਣੇ ਵੱਲ ਵੇਖ ਕੇ ਆਖੀਦਾ ਕਿ ਰੱਬ ਨੇ ਬੜਾ ਕੁਛ ਦਿੱਤਾ ਵਾ, ਇਸ ਤੋਂ ਵੱਡਾ ਖਜ਼ਾਨਾ ਕੋਈ ਨਹੀਂ ਆ ਕਿ ਸਰੀਰ ਆਪਣਾ ਤੰਦਰੁਸਤ ਆ। ਲੋਕ ਇਹ ਚੀਜ਼ ਵੀ ਕਹਿ ਦਿੰਦੇ ਕਈ, ਅਸੀਂ ਸੌਖੇ ਨਹੀਂ, ਅਸੀਂ ਬੜੇ ਤੰਗ ਹਾਂ, ਮੱਖੀਆਂ ਬਾਹਰ ਕੱਢਦੇ। ਯਾਰ ਤੰਗ ਬੰਦਾ ਆਪੇ ਹੋਣਾ ਜਦੋਂ ਆਪਾਂ ਨਿੰਦਿਆ ਚੁਗਲੀ ਲੋਕਾਂ ਦੀ ਕਰੀ ਜਾਣੀ, ਕਿਸੇ ਦੇ ਬਾਰੇ ਸੋਚੀ ਜਾਣਾ ਵਾ। ਹੁਣ ਤੁਸੀਂ ਆਮ ਹੀ ਵੇਖਿਆ ਹੋਊਗਾ ਕਿ ਸੋਸ਼ਲ ਮੀਡੀਆ ਦੇ ਉੱਪਰ, ਫੇਸਬੁੱਕ ਇੰਸਟਾਗ੍ਰਾਮ 'ਤੇ ਕੁਝ ਲੋਕ ਇਹੋ ਜਿਹੇ ਹੁੰਦੇ ਆ ਕਿ ਜਿਹੜੇ ਕਿਸੇ ਨਾ ਕਿਸੇ ਦੇ ਬਾਰੇ ਬੋਲਦੇ ਰਹਿੰਦੇ ਆ, ਉਹ ਬੋਲ ਬੋਲ ਕੇ ਲੋਕਾਂ ਨੂੰ ਦੱਸਦੇ ਆ ਉਹ ਇੱਦਾਂ ਉਹ ਇੱਦਾਂ, ਪਰ ਉਹ ਉਹਨਾਂ ਨੇ ਕਦੇ ਇਹ ਨਹੀਂ ਸੋਚਿਆ ਕਿ ਅਸੀਂ ਕਿੱਦਾਂ ਦੇ ਹਾਂ, ਅਸੀਂ ਮਤਲਬ ਕਿ ਕਿੰਨੇ ਕੁ ਪਾਣੀ ਦੇ ਵਿੱਚ ਹਾਂ ਕਿਸੇ ਦੀ ਚੁਗਲੀ ਕਰਨ ਤੋਂ, ਨਿੰਦਿਆ ਕਰਨ ਤੋਂ ਪਹਿਲਾਂ। ਫੜੀ ਫੋਨ ਮੈਂ ਕਰਦਾ ਗੱਲ, ਮੈਂ ਫੋਟੋ ਵੀਰ ਮਿਲ ਪਏ ਸੀ ਫੋਟੋ ਵਾਲੇ, ਚਲੋ ਗੁਰਦੁਆਰਾ ਸਾਹਿਬ ਦੇ ਬਾਹਰ ਮਿਲੇ ਆ, ਅਤੇ ਭਾਵੇਂ ਕੋਈ ਬੰਦਾ 100 ਫੋਟੋਆਂ ਕਰਾ ਲਏ, ਮੈਂ ਪਹਿਲਾਂ ਵੀ ਕਿਰਾਂ ਗੱਲ ਬੋਲੀ ਆ ਕਿ ਗੁਰੂ ਮਹਾਰਾਜ ਦੇ ਘਰ ਕੋਈ ਸਿੰਗਰ ਨਹੀਂ, ਕੋਈ ਮਾਡਲ ਨਹੀਂ, ਕੋਈ ਸਟਾਰ ਨਹੀਂ। ਅਤੇ ਗੱਲ ਆਪਾਂ ਕਰਨ ਡੇ ਕਿ ਜਦੋਂ ਬੰਦਾ ਆਪਣੀ ਲਾਈਫ ਬਾਰੇ ਛੱਡ ਕੇ ਹੋਰਾਂ ਬਾਰੇ ਸੋਚੀ ਜਾਵਾਂਗੇ ਤੇ ਆਪਾਂ ਕਿੱਥੋਂ ਸੌਖੇ ਰਹਿਣਾਂਗੇ। ਉਹ ਗੱਲ ਕਹਦੀ ਹੁੰਦੀ ਆ ਕਿ ਕਤੀੜ, ਮੈਨੂੰ ਕਤੀੜ ਗਿਣਦਾ ਵਾ, ਭਾਵੇਂ ਇਹ ਗੱਲ ਦਾ ਮੈਨੂੰ ਕਿਸੇ ਨੂੰ ਮੇਰੀ ਗੱਲ ਦਾ ਗੁੱਸਾ ਲੱਗੇ, ਕਿਉਂਕਿ ਜਿਹੜੇ ਕੁੱਤੇ ਹੁੰਦੇ ਨੇ ਉਹਨਾਂ ਨੇ ਭੌਂਕੀ ਜਾਣਾ, ਭੌਂਕੀ ਜਾਣਾ, ਉਹ ਇੱਦਾਂ ਜੀ ਉਹ ਇੱਦਾਂ, ਉਹਨਾਂ ਦੀ ਕੋਈ ਸੁਣਦਾ ਵੀ ਨਹੀਂ ਆ, ਸੁਣ ਵੀ ਲਊਗਾ ਕਿ ਲੋਕਾਂ ਨੇ ਕਹਿਣਾ ਇਹ ਭੌਂਕਦੇ, ਹਰ ਸਾਲ ਹੀ ਭੌਂਕਦੇ ਆ। ਇਹਨੂੰ ਚੰਗਾ ਜੇ ਜ਼ਿੰਦਗੀ ਸੌਖੇ ਰਹਿਣਾ ਨਾ ਤੇ ਗੁਰੂ ਮਹਾਰਾਜ ਦਾ ਨਾਂ ਲਿਆ ਕਰੋ, ਠੀਕ ਆ। ਫੰਕਸ਼ਨ ਵੀ ਅਸੀਂ ਥੋੜ੍ਹਾ ਫੰਕਸ਼ਨ ਕਰਦੇ, ਅਸੀਂ ਤਾਂ ਕਿਸੇ ਨੂੰ ਮੰਨਦੇ ਨਹੀਂ ਕੁਝ, ਉਹ ਜੇ ਕੋਈ ਨਹੀਂ ਚੰਗਾ ਲੱਗਦਾ ਨਹੀਂ ਵੇਖੀਦਾ। ਬਾਕੀ ਜਦੋਂ ਬੰਦਾ ਗੁਰੂ ਮਹਾਰਾਜ ਦੇ ਘਰ ਜਾਣ ਲੱਗ ਪਏ ਨਾ, ਸਾਰੇ ਬੰਦੇ ਚੰਗੇ ਲੱਗਣ ਲੱਗ ਪੈਂਦੇ ਆ। ਹੁਣ ਸਾਡੇ ਬਾਰੇ ਜਿਹੜੇ ਮਾੜਾ ਬੋਲਦੇ ਆ ਸਾਨੂੰ ਕਈ ਵਾਰ, ਉਹ ਵੀ ਅਸੀਂ ਉਹਨਾਂ ਦੀਆਂ ਕਈ ਵੀਡੀਓ ਸਾਨੂੰ ਚੰਗੀਆਂ ਲੱਗਦੀਆਂ ਹੁੰਦੀਆਂ ਕਿ ਯਾਰ ਇਹ 'ਚ ਇੰਨੇ ਵਧੀਆ ਬੋਲਿਆ, ਅਸੀਂ ਤਾਂ ਹੀ ਕਿਸੇ ਨੂੰ ਮਾੜਾ ਨਹੀਂ ਜਾਂਦੇ, ਠੀਕ ਹੈ ਨਾ। ਬਾਕੀ ਉਹਦੀ ਕਈਆਂ ਦੀ ਆਦਤ ਹੁੰਦੀ, ਹੁਣ ਕੁੱਤੇ ਦੀ ਆਦਤ, ਕੁੱਤੇ ਨੇ ਭੌਂਕਣਾ ਹੀ ਭੌਂਕਣਾ ਆ, ਉਹਨੇ ਨਹੀਂ ਹਟਣਾ, ਜਿੰਨਾ ਮਰਜ਼ੀ ਉਹਨੂੰ ਆਪਾਂ ਸਮਝਾ ਲਈਏ ਜਾਂ ਜਿੰਨਾ ਮਰਜ਼ੀ ਉਹਨੂੰ ਪਛਕਾਰ ਲਈਏ ਨਾ, ਉਹਨੇ ਕਿਤੇ ਨਾ ਕਿਤੇ ਉਹਨੇ ਆਪਣੀ ਕਾਦ ਵਿਖਾਉਣੀ ਹੈ। ਅਤੇ ਹਰ ਇਹ ਫੇਸਬੁੱਕ ਵਾਲੇ, ਕਈ ਆਪਣੇ ਸੋਸ਼ਲ ਮੀਡੀਆ ਦੇ ਹੁਣ ਨਿਊਜ਼ ਚੈਨਲ ਕਈ ਕਿੰਨਾ ਵਧੀਆ ਖਬਰਾਂ ਛਾਪਦੇ ਆ, ਅਤੇ ਕਈਆਂ ਨੇ ਮਸਾਲਾ ਇੰਨਾ ਕੁ ਲਾਇਆ ਹੁੰਦਾ ਖਬਰ ਦੇ ਵਿੱਚ, ਕੁਝ ਨਹੀਂ ਹੁੰਦਾ ਉੱਤੇ, ਉਹਨਾਂ ਨੇ ਆਪਣਾ ਥੰਬਨੇਲ ਵਗੈਰਾ ਇਹੋ ਜਿਹੇ ਬਣਾ ਬਣਾ ਲਿਖੇ ਹੁੰਦੇ ਆ ਨਾ ਕਿ ਛੱਡ ਗੱਲ ਦੋ, ਗੱਲਾਂ ਤਾਂ ਬੜੀਆਂ ਵਾ ਕਰਨ ਨੂੰ, ਤਾਂ ਹੁਣ ਇਹ ਜੇ ਗੱਲਾਂ ਕਰਨ ਲੱਗ ਪਈਏ ਤਾਂ ਦੋ ਦੋ ਘੰਟਿਆਂ ਦੇ ਵਲੌਗ ਵੀ ਬਣ ਜਾਣਗੇ। ਅਸੀਂ ਜਿੰਨੀਆਂ ਗੱਲਾਂ ਵੀ ਕਰਦੇ ਹਾਂ, ਜੋ ਕੁਝ ਵਿੱਚ ਦੱਸਦੇ ਹਾਂ, ਜ਼ਿੰਦਗੀ ਹਰ ਇੱਕ ਜ਼ਿੰਦਗੀ ਦੇ ਬੰਦੇ ਦੀ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਵਾਪਰਿਆ ਹੁੰਦਾ, ਸਾਡੇ ਨਾਲ ਜੋ ਜ਼ਿੰਦਗੀ 'ਚ ਹੋਇਆ ਵਾ ਅਸੀਂ ਉਹ ਹੀ ਦੱਸੀਦਾ, ਉਹੀ ਵਿਖਾਈਦਾ ਵਾ ਕਿ ਜੋ ਗਲਤੀਆਂ ਅਸੀਂ, ਜੋ ਚੀਜ਼ਾਂ ਅਸੀਂ ਜ਼ਿੰਦਗੀ 'ਚ ਕੀਤੀਆਂ ਜਾਂ ਸਾਡਾ ਜਿਹੜੀਆਂ ਚੀਜ਼ਾਂ ਕਰਕੇ ਨੁਕਸਾਨ ਹੋਇਆ ਵਾ, ਜਿਹੜੇ ਵੀਰ ਭਰਾ ਪਿਆਰ ਕਰਦੇ ਉਹਨਾਂ ਦਾ ਨਾ ਹੋਵੇ, ਠੀਕ ਹੈ। ਅਸੀਂ ਕਿਸੇ ਨੂੰ ਮਾੜਾ ਨਹੀਂ ਬੋਲਦੇ, ਪਰ ਇਹ ਆ ਕਿ ਕੁਝ ਲੋਕਾਂ ਦੀ ਆਦਤ ਬਣ ਚੁੱਕੀ। ਫਿਰ ਉਹ ਗੱਲ ਕਤੀੜ ਵਾਲੀ ਆ ਗਈ ਕਿ ਬੱਬੂ ਮਾਨ ਬਾਈ ਨੇ ਵੀ ਬੜੀਆਂ ਗੱਲਾਂ, ਬਾਈ ਦੀ ਇੰਟਰਵਿਊ ਮੈਂ ਸੁਣਦਾ ਹੁੰਦਾ ਵਾ, ਉਹ ਬਹੁਤ ਕੁਝ ਬੰਦਾ ਸਿੱਖਣ ਨੂੰ ਮਿਲਦਾ ਵਾ ਜੇ ਬੰਦੇ ਨੇ ਸਿੱਖਣਾ ਚਾਹੇ। ਉਹ ਬਾਈ ਨੇ ਇੱਕ ਗੱਲ ਪਿੱਛੇ ਜੇ ਕਹੀ ਸੀ ਕਿ ਅਸੀਂ 25-25 ਲੱਖ ਦੀਆਂ ਗੱਡੀਆਂ ਨਵੀਆਂ ਲੈ ਕੇ ਉਹਨਾਂ ਨੂੰ ਤੋੜ ਮਰੋੜ ਕੇ ਫਿਰ ਬਣਾਉਂਦੇ, ਸਾਡੇ ਸ਼ੌਂਕ ਆ ਬਈ ਅਸੀਂ ਕਰ ਸਕਦੇ, ਅਸੀਂ ਮਿਹਨਤ ਕਰਦੇ ਹਾਂ। ਹੁਣ ਕਈ ਫੇਸਬੁੱਕ 'ਤੇ, ਯੂਟਿਊਬ 'ਤੇ ਨਵੀਆਂ ਕਤੀੜਾਂ, ਕਈ ਕਤੀੜਾਂ, ਮੈਂ ਤਾਂ ਕਤੀੜਾਂ ਸ਼ਬਦ ਯੂਜ਼ ਕਰੂੰਗਾ ਕਿ ਜਿਹੜੇ ਹੁਣ ਐਰ ਕਿ ਹਜ਼ਾਰਾਂ ਲੋਕਾਂ ਨੇ ਕੱਦੂ ਦੇ ਵਿੱਚ ਮੋਟਰਸਾਈਕਲ, ਕਿਸੇ ਨੇ ਗੱਡੀ, ਕਿਸੇ ਨੇ ਟਰੈਕਟਰ, ਕਿਸੇ ਨੇ ਕੁਝ ਆਪਣਾ ਫੰਕਸ਼ਨ ਕੀਤਾ, ਠੀਕ ਆ, ਖੇਡੇ ਆ ਮਿੱਟੀ ਦੇ ਨਾਲ, ਵਧੀਆ ਇੰਜੋਇਮੈਂਟ ਕੀਤਾ, ਅਤੇ ਚੰਦ ਕੁ, ਮੈਂ ਇਹਨਾਂ ਨੂੰ ਇਹ ਸ਼ਬਦ ਯੂਜ਼ ਕਰੂੰਗਾ, ਲੌਂਡੇ ਬੰਦੇ, ਠੀਕ ਆ, ਉਹ ਕੀ ਕਰਦੇ ਆ ਕਿ ਉਹ ਵਿੱਚੋਂ ਉਹਨਾਂ ਨੇ ਕਲਿੱਪਾਂ ਕੱਢੀਆਂ ਉਹਨਾਂ ਦੀਆਂ ਯੂਟਿਊਬ 'ਤੇ, ਮੈਂ ਵੀਡੀਓ ਪਾਈਆਂ ਵੇਖੀਆਂ ਫੇਸਬੁੱਕ 'ਤੇ, ਉਹਨਾਂ ਨੇ ਮਤਲਬ ਕਿ 50 ਕੁ ਵੀਡੀਓ ਕੱਢੀਆਂ ਹੋਣਗੀਆਂ ਕਿੰਨੇ ਕੁ ਲੋਕਾਂ ਦੀਆਂ ਜਿਨ੍ਹਾਂ ਨੇ ਕੱਦੂ ਦੇ ਵਿੱਚ ਚੀਜ਼ਾਂ ਵਾੜੀਆਂ, ਫਿਰ ਉਹਨਾਂ ਦੇ ਬਾਰੇ ਆਵਾ ਤਵਾ ਬੋਲਣ ਡੇ, ਇੱਦਾਂ ਜੀ ਇੱਦਾਂ ਇਹ ਉੱਦਾਂ, ਕਿ ਤੁਹਾਨੂੰ ਕੀ ਆਉਂਦੇ ਹੋ, ਉਹਨਾਂ ਨੇ ਚੀਜ਼ਾਂ ਉਹਨਾਂ ਨੇ ਭੰਨ ਲਈਆਂ, ਤੋੜ ਲਈਆਂ, ਫਿਰ ਬਣਾ ਲੈਣਗੇ, ਕਿ ਇਹਨਾਂ ਦੀ ਉਵੇਂ ਹੀ ਮਿਰਚ ਲੱਗੀ ਜਾਂਦੀ ਆ। ਜੇ ਤੁਸੀਂ, ਤੁਹਾਨੂੰ ਉਹ ਕੰਮ ਚੰਗਾ ਨਹੀਂ ਲੱਗਦਾ, ਤੁਸੀਂ ਨਾ ਕਰੋ,
ਉਹ ਅਗਲਾ ਆਪਣਾ ਫਨਸ਼ਨ ਕਰਨ ਦੇ ਯਾਰ ਕਿਤੇ ਮੈਂ ਖੁਦ ਬੜੀਆਂ ਵੀਡੀਓ ਵੇਖੀਆਂ ਅਸੀਂ ਵੀ ਇਹ ਕੰਮ ਕੀਤਾ ਸਾਨੂੰ ਤੇ ਬਈ ਇਹ ਕੰਮ ਚੰਗਾ ਲੱਗਦਾ ਜਿਹੜੇ ਵੀਰਾਂ ਭਰਾਵਾਂ ਨੇ ਕੰਮ ਕੀਤਾ ਸਾਡੇ ਵੱਲੋਂ ਤੇ ਦਿਲੋਂ ਲਵ ਜੀ ਉਹਨਾਂ ਨੂੰ ਕਿਉਂਕਿ ਅਸੀਂ ਵੀ ਕੀਤਾ ਕਈਆਂ ਵੀਰਾਂ ਨੇ ਸਾਡੇ ਤੋਂ ਪਹਿਲਾਂ ਕੀਤਾ ਕਈਆਂ ਨੇ ਸਾਡੇ ਤੋਂ ਬਾਅਦ ਕੀਤਾ ਪਰ ਹੈ ਸਾਰੇ ਸਾਡੇ ਭਰਾ ਹੀ ਆ ਜਿਨ੍ਹਾਂ ਨੇ ਕੀਤਾ ਸਾਨੂੰ ਤੇ ਉਹਨਾਂ ਦੀ ਵੀਡੀਓ ਵੇਖ ਕੇ ਵਧੀਆ ਲੱਗੀਆਂ ਯੂਟਿਊਬ ਤੇ ਕਈ ਵੀਡੀਓ ਮੈਂ ਬਹੁਤ ਵੇਖੀਆਂ ਸਾਰੇ ਸਾਰੇ ਕਈਆਂ ਦੇ ਮੈਂ ਵਲੋਗ ਵੇਖੇ ਆ ਜਿਨ੍ਹਾਂ ਨੇ ਕੱਦੂ 'ਚ ਗੱਡੀਆਂ ਵੀਡੀਓ ਬਣਾਈਆਂ ਸੀ ਬਸ ਇਹ ਹੈ ਕਿ ਨੱਪ ਕੇ ਰੱਖੋ ਕਿੱਲੀ ਹੈ ਜਿਹੜੀ ਕਤੀੜਾ ਨਾ ਮਿੱਤਰੋ ਇਹਨਾਂ ਨੇ ਭੌਂਕਣੋ ਹਟਣਾ ਹੀ ਨਹੀਂ ਇਹਨਾਂ ਨੇ ਭੌਂਕੀ ਜਾਣਾ ਠੀਕ ਆ ਅਤੇ ਆਪਾਂ ਆਪਣਾ ਫਨ ਕਰਨੋ ਨਹੀਂ ਹਟਣਾ ਅਗਲੇ ਹਫ਼ਤੇ ਫਿਰ ਨਵਾਂ ਵਲੋਗ ਲੈ ਕੇ ਆਵਾਂਗੇ ਕਿਹੜਾ ਸਰਪੰਚ ਹੈ ਟੋਚਨ ਵਾਲਾ ਟੋਚਨ ਵਾਲਾ ਵਲੋਗ ਲੈ ਕੇ ਆਵਾਂਗੇ ਟੋਚਨ ਪਾਵਾਂਗੇ ਨਵੀਂ ਥਾਰ ਅਤੇ ਪੁਰਾਣੀ ਥਾਰ ਦਾ ਜਾਂ ਫਿਰ ਪਾਵਾਂਗੇ ਪੁਰਾਣੀ ਥਾਰ ਦੇ ਨਾਲ ਡਰਾਈਵਰ ਦਾ ਗੱਡੀਆਂ ਤਾਂ ਬੜੀਆਂ ਵਾ ਸਾਰੀਆਂ ਤਾਂ ਪਾ ਕੇ ਵੇਖਾਂਗੇ ਇੱਕ ਵਾਰ ਹੋਰ ਵੀ ਬੜਾ ਕੁਝ ਅੱਜ ਤਾਂ ਚਲੋ ਮਨ 'ਚ ਗੱਲਾਂ ਆ ਗਈਆਂ ਕਿਉਂਕਿ ਯੂਟਿਊਬ ਅਤੇ ਇੰਸਟਾਗ੍ਰਾਮ 'ਚ ਸਾਰਾ 'ਚ ਖੋਲ ਖੋਲ ਬਹਿੰਦੇ ਰਹੀਦਾ ਵਾ ਇੱਡੇ ਲੋਕ ਆ ਨਾ ਕਿ ਕਈ ਹੁਣ ਅੱਜ ਸਵੇਰੇ ਮੈਂ ਇੱਕ ਵੀਡੀਓ ਵੇਖ ਕੇ ਹਟਿਆ ਕਿ ਬੜਾ ਕੁਝ ਸਾਹਮਣੇ ਆ ਜਾਂਦਾ ਕਿ ਕੋਈ ਕਿਸੇ ਨੂੰ ਕੁਝ ਬੋਲੀ ਜਾਂਦਾ ਕੋਈ ਕਿਸੇ ਨੂੰ ਕੁਝ ਬੋਲੀ ਜਾਂਦਾ ਕਿ ਤੁਸੀਂ ਆਪਣਾ ਕੰਮ ਕਿਉਂ ਨਹੀਂ ਕਰਦੇ ਆਪਣੀ ਜ਼ਿੰਦਗੀ ਵੱਲ ਧਿਆਨ ਦਿਓ ਕਿਸੇ ਨੂੰ ਕਾਹਤੋਂ ਬੋਲੀ ਜਾਂਦੇ ਆਪ ਤਾਂ ਵੇਖ ਲਓ ਆਪ ਤੁਸੀਂ ਕਿੰਨੇ ਕੁ ਪਾਣੀ ਦੇ ਵਿੱਚ ਆ ਕਿਸੇ ਨੂੰ ਸਮਝਾਉਣ ਡੇ ਜੇ ਪਹਿਲਾਂ ਆਪਣੇ ਵੱਲ ਤਾਂ ਵੇਖ ਲਓ ਕਿਸੇ ਨੂੰ ਕਹਿਣ ਡੇ ਉਹ ਜੀ ਬੜਾ ਮਾੜਾ ਵਾ ਗਲਤੀਆਂ ਸਾਰਿਆਂ ਕੋਲ ਬੜੀਆਂ ਹੋਈਆਂ ਹੁੰਦੀਆਂ ਵਾ ਕਈਆਂ ਦੀਆਂ ਜੱਗ ਜਾਰ ਹੋ ਜਾਂਦੀਆਂ ਕਈਆਂ ਦੀਆਂ ਨੱਪੀਆਂ ਰਹਿ ਜਾਂਦੀਆਂ ਵਾ ਜੇ ਤੁਸੀਂ ਕਿਸੇ ਦੀਆਂ ਫੋਲ ਹੋ ਕੇ ਤਾਂ ਤੁਹਾਡੀਆਂ ਵੀ ਕਿਸੇ ਨਾ ਕਿਸੇ ਨੇ ਫੋਲ ਮਾਰਨੀਆਂ ਵਾ ਠੀਕ ਆ ਅਤੇ ਸੋ ਇਹਨੂੰ ਚੰਗਾ ਕਿ ਆਪਣੇ ਕੰਟੈਂਟ ਲੈ ਗਿਆ ਉਹ ਆਪਣਾ ਸਵਾਦ ਲਓ ਆਪਣਾ ਇੰਜੋਏਮੈਂਟ ਕਰੋ ਉਹਨੂੰ ਕਿਸੇ ਨੂੰ ਬੋਲਣ ਦੀ ਬਜਾਏ ਹੈ ਕਿ ਆਪਣੀ ਚੀਜ਼ 'ਚ ਕੋਈ ਨਵੀਂ ਕ੍ਰੀਏਟੀਵਿਟੀ ਕਰੋ ਨਹੀਂ ਕੋਈ ਚੰਗਾ ਲੱਗਦਾ ਉਹਨੂੰ ਨਾ ਵੇਖੋ ਮੈਂ ਬੜੀ ਵਾਰ ਇਹ ਗੱਲ ਕਹਿੰਦਾ ਵਾ ਕਿਉਂਕਿ ਜਿਹੜੇ ਕੁੱਤੇ ਉਹਨਾਂ ਨੇ ਤਾਂ ਮੰਨੇ ਨਹੀਂ ਇਹ ਗੱਲ ਉਹਨਾਂ ਨੇ ਭੌਂਕੀ ਜਾਣਾ ਹਜੇ ਵੀ ਭੌਂਕੀ ਜਾਣਾ ਉਹਨਾਂ ਨੇ ਆਹ ਵੀਡੀਓ ਜੇ ਇਹਨਾਂ ਨੇ ਵੇਖ ਵੀ ਲਈ ਨਾ ਹੁਣ ਕਈ ਬੰਦੇ ਇਹੋ ਜਿਹੇ ਵੀ ਹੁੰਦੇ ਆ ਉਹਨਾਂ ਨੇ ਕਹਿਣਾ ਕਿ ਯਾਰ ਢਿੱਲੋਂ ਨਹੀਂ ਆਹ ਗੱਲ ਤੈਨੂੰ ਕਹੀ ਆ ਮੈਂ ਉਹਨਾਂ ਇਹਦੇ 'ਚ ਕਿਸੇ ਦਾ ਨਾਂ ਤਾਂ ਨਹੀਂ ਲਿਆ ਅਤੇ ਜਿਹੜੇ ਭੌਂਕਦੇ ਆ ਉਹਨਾਂ ਨੂੰ ਮਿਰਚ ਆਟੋਮੈਟਿਕਲੀ ਲੱਗ ਜਾਣੀ ਆ ਠੀਕ ਆ ਨਾਂ ਲੈਣ ਦੀ ਵੀ ਲੋੜ ਨਹੀਂ ਪੈਂਦੀ ਹੁੰਦੀ ਪਰ ਇਹ ਕਿ ਸਾਰੇ ਹੁਣ ਐਰਕੀ ਹਜ਼ਾਰਾਂ ਲੋਕਾਂ ਨੇ ਕੱਦੂ ਦੇ ਵਿੱਚ ਗੱਡੀਆਂ ਵਾੜੀਆਂ ਵਾ ਠੀਕ ਆ ਇੱਕ ਯੂਟਿਊਬ ਦੇ ਖਬਰਾਂ ਵਾਲੇ ਚੈਨਲ ਨੇ ਇਹ ਚੀਜ਼ ਪਾਈ ਉਹਨਾਂ ਦੇ ਸਾਰਿਆਂ ਦੀ ਪਹਿਲਾਂ ਵੀਡੀਓ ਇਕੱਠੀਆਂ ਕੀਤੀਆਂ ਫਿਰ ਉਹਨੇ ਬਣਾਈਆਂ ਫਿਰ ਉਹਦੇ ਪਿੱਛੇ ਆਵਾ ਤਲਾ ਬੋਲਣ ਡਿਆ ਕੁੜੀ ਆ ਵਾ ਖੱਚ ਕੇ ਥਾਂ ਦਾ ਆਪ ਜੇ ਤੂੰ ਕੋਈ ਕਰਨਾ ਨਹੀਂ ਤਾਂ ਜਿਹੜੇ ਕਰਦੇ ਉਹਨਾਂ ਦੇ ਕਰ ਲੈਂਦੇ ਇਹੋ ਜਿਹੀ ਪੰਜਾਬ ਦੀ ਕਿਸਾਨੀ ਕਿੱਧਰ ਨੂੰ ਜਾਣ ਡੀ ਜੇ ਆ ਉਹ ਆ ਕੱਦੂ 'ਚ ਗੱਡੀਆਂ ਵਾੜੀਆਂ ਇਹ ਖਰਾਬ ਹੁੰਦਾ ਜੇ 4x4 ਗੱਡੀਆਂ ਦਿੱਤੀਆਂ ਕਦ ਲਈ ਹੁੰਦੀਆਂ ਵਾ ਇਸੇ ਕੰਮ ਲਈ ਹੁੰਦੀਆਂ ਓਵਰ ਰੋਡਿੰਗ ਕਰਨ ਲਈ ਹੁੰਦੀਆਂ ਵਾ ਇਹਨਾਂ ਨੂੰ ਇਹ ਜਿਹੜੇ ਬਾਹਲੇ ਸਿਆਣੇ ਬਣਦੇ ਇਹਨਾਂ ਨੂੰ ਗੱਲ ਦਾ ਪਤਾ ਨਹੀਂ ਹੁੰਦਾ ਸੋ ਆਪਾਂ ਤਾਂ ਚਿੱਲ ਕਰਨਾ ਹਰ ਸਾਲ ਕਰਨਾ ਭੌਂਕੀ ਜਾਓ ਕੁੱਤੇ ਉਹ ਕੁੜੀ ਜਾਵੇ ਉਹ ਗੱਡੀਆਂ ਕੱਦੂ 'ਚ ਇੱਦਾਂ ਹੀ ਵੜਦੀਆਂ ਰਹਿਣਗੀਆਂ ਕਿ ਪਿਛਲੀ ਵਾਰ ਤਾਂ ਮੈਂ ਸਗੋਂ ਘੱਟ ਵੀਡੀਓ ਵੇਖੀਆਂ ਆ ਕਿਤੇ ਮੇਰੇ ਨਾਲ ਹੋਰ ਮੇਰੇ ਵੀਰ ਭਰਾ ਬਹੁਤ ਰਲ ਗਏ ਜਿਨ੍ਹਾਂ ਨੇ ਮੇਰੇ ਵੀਡੀਓ ਵੇਖੀਆਂ ਯਾਰ ਕਿਤੇ ਵਲੋਗ ਬਹੁਤ ਵੀਰਾਂ ਭਰਾਵਾਂ ਨੇ ਪਏ ਆ ਚਲੋ ਸਰਪੰਚ ਲਈਏ ਜਿੰਮ ਕਤੀੜਾਂ ਜਿਹੜੀਆਂ ਉਹਨਾਂ ਨੇ ਕਿਸੇ ਨਾ ਕਿਸੇ ਗੱਲੋਂ ਭੌਂਕੀ ਜਾਣਾ ਹੁਣ ਕਈ ਜਿਹੜੀਆਂ ਕਤੀੜਾਂ ਹੁੰਦੀਆਂ ਜਦੋਂ ਜਿੰਮ ਲਾਉਂਦੇ ਹਾਂ ਆਪਾਂ ਉਹ ਜਿਹੜੀ ਕਤੀੜਾਂ ਹੁੰਦੀਆਂ ਉਹਨਾਂ ਨੇ ਕਹਿਣਾ ਕਈ ਕਤੀੜਾਂ ਨੇ ਇਹੋ ਜਿਹੀ ਡੱਬੇ ਖਾ ਕੇ ਸਰੀਰ ਬਣਾ ਲਿਆ ਉਹ ਵੀ ਕਤੀੜਾਂ 'ਚ ਆਉਂਦੇ ਆ ਠੀਕ ਆ ਮਤਲਬ ਕਿ ਉਹ ਲੋਕ ਹੁੰਦੇ ਜਿਹੜੇ ਕਿਸੇ ਪਾਸੇ ਵੀ ਨਹੀਂ ਸਾਲੇ ਜੀਣ ਦਿੰਦੇ ਬੰਦੇ ਨੂੰ ਜਦੋਂ ਬੰਦਾ ਮਰ ਜਾਂਦਾ ਨਾ ਫਿਰ ਆਖਣਾ ਜੀ ਇਹ ਤਾਂ ਬੜਾ ਚੰਗਾ ਸੀ ਯਾਰ ਇੱਦਾਂ ਸੀ ਉੱਦਾਂ ਸੀ ਇਹ ਬੜੇ ਆਪਾਂ ਨੂੰ ਹਿੰਟ ਦੋ ਤਿੰਨ ਹਿੰਟ ਦੇ ਪਿੱਛੇ ਮਿਲ ਕੇ ਹਟੇ ਆ ਦੀਪ ਸਿੱਧੂ ਬਾਈ ਨੂੰ ਪਹਿਲਾਂ ਕਰਦਾਰ ਦਾ ਸਰਟੀਫਿਕੇਟ ਦਿੰਦੇ ਸੀ ਅਤੇ ਬਾਅਦ 'ਚੋਂ ਸਾਰੇ ਮੁਲਕ ਨੇ ਗੱਡੀ ਪਿੱਛੇ ਫੋਟੋਆਂ ਲਾ ਕੇ ਬਾਈ ਇੱਦਾਂ ਸੀ ਯਾਰ ਜੀਂਦੇ ਜੀ ਤੁਸੀਂ ਉਹ ਬੰਦੇ ਦੀ ਕਦਰ ਕਰ ਲੈਂਦੇ ਮੈਂ ਉਹ ਬਾਈ ਦੀ ਇਕੱਲੀ ਇਕੱਲੀ ਇੰਟਰਵਿਊ ਸੁਣੀ ਇਕੱਲੀ ਇਕੱਲੀਆਂ ਗੱਲਾਂ ਸੁਣੀਆਂ ਚਲੋ ਅਸੀਂ ਉਹਨੂੰ ਮਿਲੇ ਤਾਂ ਨਹੀਂ ਪਰ ਉਹ ਵਧੀਆ ਲੱਗਦਾ ਸੁਣ ਕੇ ਕਿ ਉਦੋਂ ਉਹਨੂੰ ਕਿਸੇ ਨੇ ਸੁਣਿਆ ਨਹੀਂ ਉਹ ਬੰਦਾ ਜਿਉਂ ਜਾਂਦਾ ਫਿਰ ਕਹਿਣਾ ਯਾਰ ਉਹ ਚੰਗਾ ਹੁੰਦਾ ਸੀ ਉਹ ਇੱਦਾਂ ਕਹਿੰਦਾ ਹੁੰਦਾ ਸੀ ਇਹ ਦੁਨੀਆਂ ਦਾ ਦਸਤੂਰ ਆ ਕਿ ਜੀਂਦੇ ਬੰਦੇ ਨੂੰ ਡਾਂਗਾਂ ਦੇ ਮਰੇ ਤੋਂ ਬਾਂਗਾਂ ਵਾਲਾ ਕੰਮ ਆ ਅਤੇ ਇਹਨੂੰ ਚੰਗਾ ਕਿ ਤਾਂ ਹੀ ਅਸੀਂ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲਦੇ ਅਸੀਂ ਆਪਣਾ ਸਵਾਦ ਲੈਂਦੇ ਜਿਹੜੇ ਸਾਲੇ ਸਾਨੂੰ ਵੀ ਇੱਦਾਂ ਕਹੀ ਜਾਂਦੇ ਆ ਉਹ ਇੱਦਾਂ ਹੀ ਫਿਰ ਤਾਂ ਹੀ ਅਸੀਂ ਕਿੰਨੇ ਕਤੀੜਾਂ ਜੇ ਤੁਸੀਂ ਜੇ ਜਿੰਮ ਲਈਏ ਇਹ ਜੀ ਡੱਬੇ ਖਾਂਦੇ ਆ ਠੀਕ ਆ ਜੇ ਕੋਈ ਉਰਦੂ ਵਾਲੀ ਵੀਡੀਓ ਬਣਾ ਲਈਏ ਜੀ ਇੱਦਾਂ ਕਰਦੇ ਆ ਹੈਂ ਜੇ ਗੱਡੀ ਨਾਲ ਵੀਡੀਓ ਬਣਾ ਲਈਏ ਇਹ ਜੀ ਫੁਗਰੀ ਮਾਰਦੇ ਆ ਹੈਂ ਉਹ ਕਰੀਏ ਤਾਂ ਕਰੀਏ ਕੀ ਸਾਲਾ ਹੈਂ ਕਿਸੇ ਪਾਸੇ ਵੀ ਨਹੀਂ ਸਾਲੇ ਛੱਡਦੇ ਸੋ ਇਸ ਕਰਕੇ ਹੁਣ ਜਿਹੜੇ ਵੀਰ ਭਰਾ ਵਿੱਚ ਹਜ਼ਾਰ ਹਜ਼ਾਰ ਕਮੈਂਟ ਚੰਗਾ ਆਉਂਦਾ ਉਹ ਵਿੱਚ 10-20 ਮਾੜੇ ਆਉਂਦੇ ਆ ਉਹ ਜਿਹੜੀ ਕੰਪਨੀ ਦੇ ਨਾਲ ਸਾਡਾ ਯੂਟਿਊਬ ਚੈਨਲ ਹੈਗਾ ਵਾ ਜਿਹੜਾ ਚਲਾਉਂਦੇ ਮੁੰਡੇ ਉਹ ਚੈਨਲ ਤੋਂ ਉਹਨਾਂ ਨੂੰ ਹਾਈਡ ਹੀ ਕਰ ਦਿੰਦੇ ਨਾ ਤਾਂ ਉਹ ਸਾਲੇ ਦੁਬਾਰਾ ਵੀਡੀਓ ਵੇਖ ਸਕਦੇ ਆ ਅਤੇ ਨਾ ਹੀ ਉਹ ਕਮੈਂਟ ਕਰ ਸਕਦੇ ਆ ਅਤੇ ਜਿਹੜੇ ਇੱਦਾਂ ਇੰਸਟਾਗ੍ਰਾਮ 'ਤੇ ਵੀ ਕਰਦੇ ਕੰਪਨੀ ਉਹਨਾਂ ਨੂੰ ਵੀ ਬਲੌਗ ਦੁਬਾਰਾ ਨਾ ਉਹ ਮੈਸੇਜ ਕਰਨਗੇ ਤਾਂ ਨਾ ਹੀ ਕਮੈਂਟ ਕਰਨਗੇ ਅਤੇ ਇਹ ਕਤੀੜਾਂ ਨੂੰ ਸਾਈਡ 'ਤੇ ਕਰਨ ਦਾ ਸਾਰਿਆਂ ਨਾਲੋਂ ਵਧੀਆ ਤਰੀਕਾ ਤਾਂ ਇਹੋ ਹੀ ਆ ਸੋ ਚੱਲ ਸਰਪੰਚ ਜਿੰਮ ਲਈਏ ਹੈਂ ਬਾਸੀਆਂ ਨੂੰ ਲਈ ਆ ਮਾਮਾ ਸੁਸਤੀ ਪਈ ਜਾਂਦਾ ਮੈਨੂੰ ਵੀ ਲੱਗ ਗਏ ਹੈਂ ਚਲੋ ਚਲੋ
ਚਲੋ ਚਲੋ ਇੱਕ ਤੇ ਸਰਪੰਚ ਸਾਹਿਬ ਅੱਜ ਜਿਮ ਜਾਂਦਾ ਨਾ ਨਹੀਂ ਲੈਣ ਡੇ ਤੇ ਡਿਮਾਂਡਾਂ ਹੀ ਬਹੁਤ ਕਰਨ ਡੇ ਹੈ ਗਰਮੀ ਬੜੀ ਕਹਿੰਦਾ ਜੂਸ ਪਿਆ ਕੇ ਲਿਆਓ ਪਹਿਲਾਂ ਹੈ ਮਾਮਾ ਚਾਹ ਵਾਂਗੂ ਪੀਂਦਾ ਕਿੱਡੇ ਸਵਾਦ ਲਾ ਲਾ ਕੇ ਆਂਦੇ ਸਰਪੰਚ ਬੜੀ ਹੱਥ ਕਰਾਉਣ ਡੇ ਸਰਪੰਚ ਹੈ ਅਸਲ ਚ ਗੱਲ ਪਤਾ ਕਿ ਜਦੋਂ ਬੰਦੇ ਦੇ ਸਰੀਰ ਚ ਮਸਾ ਜਾਣ ਪੈ ਜਾਵੇ ਤੇ ਬੰਦਾ ਫਿਰ ਆਪੇ ਗੱਲਾਂ ਆਉਂਦੀਆਂ ਪਹਿਲਾਂ ਸਰਪੰਚ ਹੋਣੀ ਭੈਣ ਚ ਕੰਨਿੰਗ ਵਾਕੜੇ ਪਏ ਜੀ ਦੇ ਗੁੱਟ ਗੁੱਟ ਕੇ ਗਾਂਧੀ ਬੁਰਾ ਹੋਇਆ ਪਿਆ ਸਰਪੰਚ ਵਾਲਾ ਹੈ ਉਹ ਏਦਾਂ ਹੀ ਹੈ ਨਾ ਹਾਂ ਨਹੀਂ ਏਦਾਂ ਹੁਣ ਵੀ ਸਾਲੇ ਹੱਥ ਬੰਨ ਕੇ ਸੁਣਾ ਪਿਆ ਕਰਦਾ ਖਰਾਬੀਆਂ ਫਿਰ ਕਰਦਾ ਹੈ ਥੋੜ੍ਹੀਆਂ ਥੋੜ੍ਹੀਆਂ ਅੱਜ ਜਿਮ ਨਹੀਂ ਜਾਣ ਡਿਆ ਰਾਤੀ ਲੱਗਦਾ ਫਿਰ ਕੰਮ ਖਰਾਬ ਹੋ ਗਿਆ ਹੈਂ ਕਦੀ ਸੁਸਤੀ ਪਾਈ ਜਾਂਦਾ ਕਦੀ ਕਹਿੰਦਾ ਚੱਕਰ ਆਉਂਦੇ ਆ ਹੋਰ ਵੀ ਮੈਨੂੰ ਬੜੇ ਮੈਸੇਜ ਆਉਂਦੇ ਹੁੰਦੇ ਵੀਰਾਂ ਦੇ ਇਹ ਇਕੱਲਾ ਨੀ ਤੂੰ ਕੰਮ ਕਰਦਾ ਮੈਨੂੰ ਬੜੇ ਵੀਰ ਮੈਸੇਜ ਕਰਦੇ ਕਿ ਬਾਈ ਗਾਂਧੀ ਕੁੱਟਿਆ ਜਾਂਦਾ ਤੇ ਇਹਦਾ ਕੋਈ ਹੱਲ ਦੱਸ ਕਿੱਦਾਂ ਹੱਲ ਹੋ ਗਿਆ ਪਤਾ ਕੀ ਗੱਲ ਹੈ ਮਿੱਤਰੋ ਇਹ ਕੰਮ ਸਾਰੇ ਬੰਦੇ ਕਰਦੇ ਆ ਇਹ 'ਚ ਕੋਈ ਦੋ ਰਹਿ ਨਹੀਂ ਹੈ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਜਿੰਨਾ ਮਰਜ਼ੀ ਬੰਦਾ ਕਹੀ ਜਾਵੇ ਇਹ ਚੀਜ਼ ਤੇ ਬਚਣ ਦਾ ਇੱਕੋ ਇੱਕ ਰਾਜ ਹੈ ਕਿ ਬਿਜ਼ੀ ਰੱਖੋ ਆਪਣੇ ਆਪ ਨੂੰ ਵਿਹਲੇ ਨਾ ਰਹੋ ਜਦੋਂ ਬੰਦਾ ਵਿਹਲਾ ਹੁੰਦਾ ਨਾ ਜਦੋਂ ਕਿਤੇ ਘਰ ਦੇ ਸਾਰੇ ਕਿਤੇ ਘਰੋਂ ਬਾਹਰ ਗਏ ਹੁੰਦੇ ਨਾ ਉਦੋਂ ਬੰਦੇ ਨੂੰ ਚਾਅ ਚੜ੍ਹ ਜਾਂਦੇ ਆ ਕਿ ਅੱਜ ਘਰੇ ਕੋਈ ਨਹੀਂ ਹੈਗਾ ਅੱਜ ਕੁੜੀ ਬੈਠ ਦੇ ਲੰਮੇ ਪੈ ਪੈ ਕੰਮ ਕਰਾ ਇਹ ਕੰਮ ਸਾਰੇ ਕਰਦੇ ਨੇ ਇਹਦੇ ਵਿੱਚ ਮੈਨੂੰ ਪੱਕਾ ਪਤਾ ਨਾ ਮੈਂ ਰਿਹਾ ਮੈਂ ਆਖਿਆ ਮੈਂ ਤਿਆਰ ਬੜਾ ਬੜਾ ਅੰਤਰਾ ਰਿਹਾ ਮੈਂ ਵੀ ਦੱਸਾਂ ਕਿਤੇ ਗੱਲਾਂ ਪਤਾ ਬਹਿ ਗਏ ਮੇਰੇ ਪੁਰਾਣੇ ਕਿਤੇ ਯਾਰ ਬੇਲੀ ਕਿਤੇ ਮੈਨੂੰ ਮਿਲੇ ਨਾ ਕਿਤੇ ਜਿਹੜੇ ਮੇਰੇ ਨਾਲ ਸਕੂਲੇ ਪੜ੍ਹਦੇ ਰਹੇ ਆ ਜਾਂ ਜਦੋਂ ਅਸੀਂ ਵਾਈ ਵੂਈ ਕਰਦੇ ਨਹੀਂ ਉਦੋਂ ਮੇਰੇ ਨਾਲ ਉਹਦੇ ਸ਼ੇਰਾ ਮਾਮੇ ਦਾ ਮੁੰਡਾ ਮੇਰੇ ਨਾਲ ਹੁੰਦਾ ਸੀ ਦੱਸਾਂ ਇਹ ਕਿਤੇ ਗੱਲਾਂ ਸਾਰੀਆਂ ਤੁਸੀਂ ਇਤਿਹਾਸਾਂ ਜ਼ਿਕਰਾਂ ਵੱਖੀਆਂ ਟੁੱਟ ਜਾਣੀਆਂ ਮੈਂ ਤੇ ਆਪ ਕਹੀ ਰਹਾਂ ਉਹ ਗੱਲਾਂ ਚੁੱਤ ਕਰਕੇ ਆਪਣੇ ਆਪ ਨੂੰ ਕਹਿੰਦਾ ਕਿ ਭੈਣ ਜੀ ਕਿਹੜੇ ਕੰਮ ਕਰਦੇ ਰਹੇ ਆ ਸਾਰੇ ਕਰਦੇ ਆ ਪਰ ਇਹ ਗੱਲ ਦਾ ਚਾਅ ਬੜਾ ਚੜ੍ਹਦਾ ਮੈਂ ਜਦੋਂ ਕਿਤੇ ਘਰ ਦੇ ਸਾਰੇ ਕਹਿਣ ਅਸੀਂ ਅੱਜ ਚੱਲੇ ਬਾਜ਼ਾਰ ਤੇ ਪੁੱਤ ਘਰੇ ਧਿਆਨ ਰੱਖੀ ਤੇ ਪੁੱਤ ਹੋਣਾ ਜਿਹੜਾ ਗੋਲ ਸਰਾਣਾ ਹੁੰਦਾ ਘਰੇ ਹਰ ਇੱਕ ਦੇ ਹੁੰਦੇ ਹਨੇਰੀ ਲਿਆ ਛੱਡੀ ਹੁੰਦੀ ਇਹਨਾਂ ਦੀ ਸਰਪੰਚ ਨੇ ਰੂਮ ਬਾਹਰ ਕੱਢ ਛੱਡਿਆ ਕਿ ਸਰਪੰਚ ਦੇ ਗਾੜੇ ਮਾਮੇ ਦਾ ਮੁੰਡਾ ਸ਼ੇਰਾ ਹੈ ਇਹਨਾਂ ਨੇ ਭੈਣ ਜੋ ਸਰਾਣੇ ਦਾ ਉਹ ਹਨੇਰ ਪਾ ਛੱਡਿਆ ਨਾ ਹੈ ਹੁਣ ਚਲੋ ਕੋਈ ਨੀ ਵੀ ਜ਼ਿੰਦਗੀ ਦਾ ਹਿੱਸਾ ਹੁੰਦਾ ਵਾ ਇਹ ਕੋਈ ਇਹ ਕਿ ਨਹੀਂ ਇਕੱਲਾ ਬੰਦਾ ਨਹੀਂ ਕਰਦਾ ਸਾਰੇ ਕਰਦੇ ਕੋਈ ਨੀ ਪਰ ਧਿਆਨ ਨਾ ਹੈ ਸਰਪੰਚ ਰੰਗ ਉਹਦੇ ਲਾਲ ਹੋਣ ਲੱਗਿਆ ਨਾ ਰੰਗ ਤੇ ਲਾਲ ਜੂਸ ਪੀਣ ਡਿਆ ਮੈਂ ਰੰਗ ਲਾਲ ਹੋਣਾ ਹੀ ਆ ਚਲੀ ਜਿਮ ਲਈਏ ਕਿ ਨਹੀਂ ਜੀ ਨਹੀਂ ਕਰਦਾ ਤੋਂ ਬਾਅਦ ਅੱਜ ਟ੍ਰਾਈਸੈਪ ਲਾ ਲਾ ਕੱਲ੍ਹ ਵਾਲੀ ਲੈਟਸ ਤੇਰਾ ਜਿਹੜਾ ਤਾਂ ਸ਼ਡਿਊਲ ਬਣਾ ਕੇ ਨਾ ਐਕਸਰਸਾਈਜ਼ ਦਾ ਇਹਦਾ ਮੈਂ ਚੇਂਜ ਕੀਤਾ ਪਹਿਲਾਂ ਇਹਨੇ ਹੁਣ ਮੈਂ ਚੰਡੀਗੜ੍ਹ ਗਿਆ ਪਿੱਛੇ ਉਹਨੇ ਆਪਣੇ ਹਿਸਾਬ ਨਾਲ ਸ਼ੁਰੂ ਕਰ ਲਈ ਆਹ ਹਫ਼ਤਾ ਇਹਨੂੰ ਫਿਰ ਉਹ ਹੋਰ ਹਿਸਾਬ ਨਾਲ ਲਵਾ ਦਿੰਦੇ ਹਾਂ ਇਹਦਾ ਬਣਾ ਕੇ ਪਾਵਾਂਗੇ ਜਿਮ ਦੇ ਵਲੋਗ ਐਵੇਂ ਵੀ ਨਹੀਂ ਲੱਗਦਾ ਯਾਰ ਸਾਰਾ ਦਿਨ ਇੱਦਾਂ ਲੱਗ ਜਾਂਦਾ ਘਰੇ ਮਿਸਤਰੀ ਲੱਗੇ ਕਦੀ ਕਿਸੇ ਪਾਸੇ ਕਦੀ ਕਿਸੇ ਪਾਸੇ ਇੱਕ ਵਲੋਗ ਵੀ ਬਣਾਉਣੇ ਹੁੰਦੇ ਤੁਹਾਡੇ ਹੱਥ 'ਤੇ ਹੈ ਜੇ ਮੈਸੇਜ ਕਰ ਦਿੰਦੇ ਵੀਰ ਭਰਾ ਕੇ ਬਈ ਦਿਲ ਨਹੀਂ ਲੱਗਦਾ ਚਲੋ ਕੋਈ ਗੱਲ ਨਹੀਂ ਇੰਜੋਏ ਕਰਿਆ ਕਰੋ ਬਸ ਜੇ ਕੋਈ ਗੱਲ ਚੰਗੀ ਲੱਗਦੀ ਹੁੰਦੀ ਤੁਹਾਨੂੰ ਪੱਲੇ ਬੰਨਿਆ ਕਰੋ ਕਿਉਂਕਿ ਮੈਂ ਕਮੈਂਟ ਇਸੇ ਕਰਕੇ ਪੜ੍ਹਦਾ ਨਾ ਕਈ ਵੀਰ ਭਰਾ ਸਨੈਪਚੈਟ 'ਤੇ ਮੈਸੇਜ ਕਰਦੇ ਕਮੈਂਟ ਵੀ ਕਰਦੇ ਆ ਉਹਨਾਂ ਕੋਲੋਂ ਵੀ ਕੋਈ ਨਾ ਕੋਈ ਸਿੱਖਣ ਨੂੰ ਮਿਲ ਜਾਂਦਾ ਕੁਝ ਗਲਤੀਆਂ ਸਾਡੇ 'ਚ ਸਾਡੇ ਕੋਲ ਵੀ ਹੋ ਜਾਂਦੀਆਂ ਬੜੀਆਂ ਚੀਜ਼ਾਂ ਹੁੰਦੀਆਂ ਵਾ ਅਤੇ ਇੰਜੋਏ ਕਰਿਆ ਕਰੋ ਬਾਕੀ ਅਸੀਂ ਮਾਰੀਏ ਜ਼ੋਰ 2 ਘੰਟੇ ਹੁਣ ਜਿਮ ਦੇ ਵਿੱਚ ਕਰੀਏ ਸਰੀਰ ਸੈੱਟ ਮੈੱਟ ਚੱਲੀਏ ਅੱਜ ਸਰਪੰਚ ਬਾਹਰ ਨਿਕਲੇ ਭੱਜਦਾ ਜੀ ਇਹ ਲੋਕ ਲਵਾਇਆ ਮੈਂ ਸਾਗਰ ਕਰੋ ਤਾਈ ਸਰਪੰਚ ਮੈਂ ਬਾਹਰ ਨਿਕਲੇ ਭੱਜਦਾ ਜੀ ਮੈਂ ਬਾਹਰ ਕਿਤੇ ਜਾਏਗਾ ਲੋਕ ਲਾਇਆ ਜੀ ਪੱਕਾ ਜੀ ਐਕਸਰਸਾਈਜ਼ ਪੂਰੀ ਕਰੇਗਾ ਫਿਰ ਹੀ ਬਾਹਰ ਜਾ ਜਾਣਾ ਕਿਸੇ ਨੇ ਨੀ ਖੋਲਣਾ ਬੂਆ ਜਿੰਨੇ ਮਰਜ਼ੀ ਹੱਥ ਮਾਰੀ ਜਾਈ ਭਰਾ ਨੂੰ ਓਕੇ ਆ ਪੂਰੀ ਰੱਖਣਾ ਨਹੀਂ ਬਸ ਚੱਲ 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 ਸਰਪੰਚਾ ਤਗੜਾ ਹੋ ਪੁੱਤ ਥੱਲੇ ਜਾ ਥੋੜ੍ਹਾ ਹੋਰ ਲੱਕ ਸਿੱਧਾ ਰੱਖ ਚੱਲ 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 ਸਰਪੰਚਾ ਇੱਧਰ ਮੈਂ ਸੁਣਿਆ ਵੀ ਜਿੱਦ ਲੱਗ ਚੁੱਕੀ ਆ ਦੋਵਾਂ ਭਰਾਵਾਂ ਦੀ ਸਰਪੰਚ ਕਹਿੰਦਾ ਮੈਂ ਟ੍ਰਾਈ ਸਾਹਿਬ ਵੱਡਾ ਕਰਨਾ
ਇਧਰ ਮੈਂ ਕਹਿੰਦਾ ਕਿ ਤੈਨੂੰ ਗਾੜੀ ਲੰਘਣ ਦੇਣਾ ਹੈ ਸਰਪੰਚਾ ਓਏ ਲੱਗ ਜੂ ਪਤਾ ਹੈ ਓਏ ਹੈ ਚੱਲ 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 राज की ट्राइसेप दे डंड जरूर मारा करो हां खोज पाती वेलो यूट्यूब ते पाती ठीक है आप अपना नाम दस दो ना ना पुठा नाम दस जरा तेरे लेंगे एदा की है ना पुठा कोटा एदा की टिमरी एदा ओदा आलू तेरा लव भी लव यू आ सारे नु ठीक है हैं ठीक है लव यू करो सेवा तगड़े हो गए हाँ चल फिर मैं बह चलिए बाय 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 लव यू बस हाथ पर लो हाथ ना बेचा जी पिछे कर पा दांगे मेरी जान पा दांगे टेंशन ना लो लो भी एक्सरसाइज हो गई अपनी पूरी ते हुण सारा दिन आपां डाइट नूं मत देनी है ते एक्सरसाइज अपना शेड्यूल इहो ही आ गया बस 90 किली आउणी आ जे चेस्ट लाउणी आ ते चेस्ट दीआं जो तसली हो गई है पूरी शरीर की फिर निकलना बाहर क्योंकि आप कंपीटिशन खेलना आप रखना शरीर फिट लीड़ा कपड़ा पाया फब्बे तो डाइट भी ये नहीं कि बर्गर पीजे खाई जाने मोटे हो जाइए गुड फैट वाली चीज़ा खानी वा प्रोपर ब्लॉग पता नहीं कितने बनाया जाना पर नहीं नहीं बनाया जाना तकरीबन जो चीज़ा खाते रही स्टोरियां माड़ी मोटिया स्नैपचैट से इंस्टाग्राम से पाते रही वा जिन्हें भीर नहीं स्नैपचैट इंस्टाग्राम का पता वो तुम मैं अकाउंट इतने कर दूंगा मैनशन वो भी वेख लियो क्योंकि फेक अकाउंट बहुत बने हुए हैं उसका भी ब्लॉग बना के दिन पाना पैना बहुत लोग इस चीज़ का नजायज फायदा चुकते हैं तो चलो कोई नहीं हट जाएंगे हौली हौली रब मत बख्शी उन्होंने तो एक्सरसाइज तो अपने लिए ला तो हम सारा दिन आप डाइट की धी भले करनी है ठीक है तो करया करो ब्लॉग इंजॉय अही बनाई तुरे होना तगड़े हो गए तो इंजॉय करते रहो जो कोई चीज़ चंकी लगी तो फॉलो करो तो चैनल को सबसक्राइब जरूर कर लिया करो है कि आटा बाटा पाया ही करना होंगे वा उदा आटा बाटा पाया तो 5-6 हज़ार सबसक्राइब कर लिया हेलो वीर भरावान ने तो यहाँ मैं फिर पाना पवे क्योंकि ब्लॉग बनाई दे वास्ते तो तुम ब्लॉग वेख के पिछे मुड़ जाते जे है छूटा ही वट जाएंगे ब्लॉग वेख के है सबसक्राइब वाला बटन तो नप जा करो मेरा भरा है ताडे लई बनाया होंगे है गोली हो जाएंगे ब्लॉग वेख्या छू पिछे है इदा ना कराया कर यार बड़ी मेहनत लगती जी बना लग्या ठीक है बाकी लव यू आ जिंदे वसते रहो इंजॉय करो खाओ पियो ऐश करो मित्रो दिल भर किसी का दिखाओ ना बाय बाय।